ਜਿਵੇਂ ਅਮਰਤਪਾਲ ਨੇ ਡਿਮਾਂਡ ਰੱਖੀ ਹੈ ਨਾ ਕਿ ਜਹਦਰ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਬੁਲਾਉਣ ਵਿਸਾਖੀ ਵਾਲੇ ਦਿਨ ਤਾਂ ਕਾਲਕਾ ਸਾਹਿਬ ਨੇ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ ਉਹ ਬੁਲਾ ਸਕਦਾ ਸਰਬੱਤ ਖਾਲਸਾ ਬੁਲਾਉਣ ਦੀ ਆਸ ਖਤਮ ਹੋ ਚੁੱਕੀ ਹੈ ਸਰਬੱਤ ਖਾਲਸਾ ਜਹਦਰ ਸਾਹਿਬ ਨਹੀਂ ਬੁਲਾਉਣਗੇ ਕਿਉਂਕਿ ਸਰਬੱਤ ਖਾਲਸਾ ਵਾਲੇ ਦਿਨ ਜਿਵੇਂ ਕਿ ਵਿਸਾਖੀ ਵਾਲੇ ਦਿਨ ਸਮਾਗਮਾਂ ਦਾ ਸਮਾਗਮ ਰੱਖ ਦਿੱਤੇ ਗਏ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਪੰਜਾਬ ਤੋਂ ਬਾਹਰਲੇ ਸੂਬੇ ਹੈਗੇ ਆ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਿੱਖਾਂ ਦੇ ਵੀ ਕੁਝ ਲੋੜਾਂ ਨੇ ਕੁਝ ਹੱਕ ਹਕੂਕ ਨੇ ਕੁਝ ਉਹਨਾਂ ਦੇ ਵੀ ਮੰਗਾਂ ਮੁੰਗਾਂ ਹੈਗੀਆਂ ਨੇ ਉਹਨਾਂ ਦੇ ਸੰਦਰਭ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਸੋਚੇ ਆਪਸ ਦੇ ਵਿੱਚ ਇੱਕ ਜਿਹੜਾ ਹਿੰਦੀ ਦਾ ਸ਼ਬਦ ਆ ਵਿਰੋਧਾਭਾਸ ਉਹ ਵੀ ਉਤਪੰਨ ਹੋਇਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੈ ਅਤੇ ਅਮਰਤਪਾਲ ਸਿੰਘ ਦੇ ਦਰਮਿਆਨ ਜਦੋਂ ਅਜਨਾਲਾ ਥਾਣਾ ਮਾਮਲਾ ਵਾਪਰਿਆ ਅਸਲ ਵਿੱਚ ਅਜਨਾਲਾ ਥਾਣੇ ਦਾ ਜਿਹੜਾ ਮਾਮਲਾ ਸੀਗਾ ਨਾ ਜੀ ਉਹ ਸਾਰੀ ਸਿੱਖ ਸੰਗਤ ਨੇ ਉਹਦਾ ਬੁਰਾ ਮਨਾਇਆ ਸੀਗਾ ਵੀ ਗੁਰੂਆਂ ਸਾਹਿਬ ਨਾਲ ਜਾਣਾ ਠੀਕ ਨਹੀਂ ਹੈਗਾ ਅਤੇ ਇੱਦਾਂ ਅਟੈਕ ਕਰਨੇ ਠੀਕ ਨਹੀਂ ਹੈਗੇ ਸਰਬੱਤ ਖਾਲਸਾ ਬੁਲਾਏ ਜਾਣ ਦੀ ਗੱਲ ਕਹੀ ਜਾ ਰਹੀ ਸੀ ਕਿ ਜਥੇਦਾਰ ਸਾਹਿਬ ਹੀ ਸਰਬੱਤ ਖਾਲਸਾ ਬੁਲਾ ਸਕਦੇ ਨੇ ਪਰ ਇਸ ਦੇ ਉੱਤੇ ਜਿਹੜਾ ਬਿਆਨ ਹੈ ਉਹ ਹਰਮੀਤ ਸਿੰਘ ਕਾਲਕਾ ਹੋਰਾਂ ਦਾ ਹੈ ਕਿਉਂਕਿ ਉਹਨੇ ਜੀ ਜਥੇਦਾਰ ਸਾਹਿਬ ਨੂੰ ਅਧਿਕਾਰ ਹੈ ਹਰਮੀਤ ਸਿੰਘ ਕਾਲਤਾ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਆ ਅਤੇ ਉਹਨਾਂ ਨੇ ਕਿਹਾ ਕਿ ਸਰਬੱਤ ਖਾਲਸਾ ਜਿਵੇਂ ਅੰਮ੍ਰਿਤਪਾਲ ਨੇ ਡਿਮਾਂਡ ਰੱਖੀ ਹੈ ਨਾ ਕਿ ਜਹਦਰ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਬੁਲਾਉਣ ਵਿਸਾਖੀ ਵਾਲੇ ਦਿਨ ਤਾਂ ਕਾਲਕਾ ਸਾਹਿਬ ਨੇ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਆ ਉਹ ਬੁਲਾ ਸਕਦੇ ਆ ਪਰ ਸਰਬੱਤ ਖਾਲਸਾ ਬੁਲਾਉਣ ਵਾਲੇ ਬਾਰੇ ਮਾਮਲੇ ਵਿੱਚ ਜ਼ਰੂਰੀ ਧਿਆਨ ਗੁੱਚ ਦੇ ਗੱਲਾਂ ਕਰਨ ਵਾਲੇ ਨੇ ਕਿ ਦਿੱਲੀ ਜਿਹੜੇ ਪੰਜਾਬ ਤੋਂ ਬਾਹਰਲੇ ਸੂਬੇ ਹੈਗੇ ਆ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਿੱਖਾਂ ਦੇ ਵੀ ਕੁਝ ਲੋੜਾਂ ਨੇ ਕੁਝ ਹੱਕ ਹਕੂਕ ਨੇ ਕੁਝ ਉਹਨਾਂ ਦੇ ਵੀ ਮੰਗਾਂ ਮੁੰਗਾਂ ਹੈਗੀਆਂ ਨੇ ਉਹਨਾਂ ਦੇ ਸੰਦਰਭ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਸੋਚੇ ਉਹਨਾਂ ਨੇ ਆਪਣੀ ਗੱਲ ਰੱਖੀ ਆ ਹਰਮੀਤ ਕਾਲਕਾ ਨੇ ਅਤੇ ਹਰਮੀਤ ਕਾਲਕਾ ਨੇ ਕਾਫੀ ਗੱਲਾਂ ਕੀਤੀਆਂ ਨੇ ਇਸ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਦੇ ਕੋਲ ਬੇਨਤੀਆਂ ਕੀਤੀਆਂ ਨੇ ਪਰ ਸਰਬੱਤ ਖਾਲਸਾ ਬੁਲਾਉਣ ਦੀ ਆਸ ਖਤਮ ਹੋ ਚੁੱਕੀ ਹੈ ਸਰਬੱਤ ਖਾਲਸਾ ਜਹਦਾਰ ਸਾਹਿਬ ਨਹੀਂ ਬੁਲਾਉਣਗੇ ਕਿਉਂਕਿ ਸਰਬੱਤ ਖਾਲਸਾ ਵਾਲੇ ਦਿਨ ਜਿਵੇਂ ਕਿ ਵਿਸਾਖੀ ਵਾਲੇ ਦਿਨ ਸਮਾਗਮਾਂ ਦਾ ਸਮਾਗਮ ਰੱਖ ਦਿੱਤੇ ਗਏ ਅਕਾਲ ਤਖਤ ਸਾਹਿਬ ਵੱਲੋਂ ਵੱਖ ਵੱਖ ਦਿਨੀ ਤਿੰਨ ਚਾਰ ਦਿਨ ਸਮਾਗਮ ਹੋਣਗੇ ਜੇ ਸਮਾਗਮ ਪਹਿਲਾਂ ਐਲਾਨ ਹੋ ਚੁੱਕਿਆ ਤਾਂ ਉਹ ਸਰਬੱਤ ਖਾਲਸਾ ਦੀ ਗੱਲ ਠੰਡੀ ਪੈ ਚੁੱਕੀ ਆ ਸਰਬੱਤ ਖਾਲਸਾ ਨਹੀਂ ਬੁਲਾਇਆ ਜਾਏਗਾ ਬਿਲਕੁਲ ਜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 12 ਅਤੇ 13 ਤਰੀਕ ਨੂੰ ਗੁਰਮਤਿ ਸਮਾਗਮ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਮਾਮਲਾ ਕਾਫੀ ਗੰਭੀਰ ਸੀ ਇੱਥੋਂ ਤੱਕ ਕਿ ਪਿਛਲੀਆਂ ਜਿਹੜੀਆਂ ਰਿਸਰਚਾਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਕਿ ਕਦੋਂ ਅਤੇ ਕਿੱਥੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ਉਮੀਦਾਂ ਸੀਗੀਆਂ ਕਿ ਸ਼ਾਇਦ ਬੁਲਾ ਲਿਆ ਜਾਵੇ ਪਰ ਕਿਤੇ ਸਭ ਵੱਡੇ ਸਵਾਲ ਇਹ ਵੀ ਖੜ੍ਹੇ ਹੁੰਦੇ ਨੇ ਨਾ ਕਿ ਆਪਸ ਦੇ ਵਿੱਚ ਇੱਕ ਜਿਹੜਾ ਹਿੰਦੀ ਦਾ ਸ਼ਬਦ ਆ ਵਿਰੋਧਾਭਾਸ ਉਹ ਵੀ ਉਤਪੰਨ ਹੋਇਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੈ ਅਤੇ ਅਮਰਤਪਾਲ ਸਿੰਘ ਦੇ ਦਰਮਿਆਨ ਜਦੋਂ ਅਜਨਾਲਾ ਥਾਣਾ ਮਾਮਲਾ ਵਾਪਰਿਆ ਸੀ ਹਾਂ ਉਹ ਬਿਲਕੁਲ ਤਾਂ ਵਿਰੋਧਾਭਾਸ ਤਾਂ ਹੋਇਆ ਸੀਗਾ ਦੇਖੋ ਧਰਮਿੰਦਰ ਜੀ ਅਸਲ ਵਿੱਚ ਅਜਨਾਲਾ ਥਾਣੇ ਦਾ ਜਿਹੜਾ ਮਾਮਲਾ ਸੀਗਾ ਨਾ ਜੀ ਉਹ ਸਾਰੀ ਸਿੱਖ ਸੰਗਤ ਨੇ ਉਹਦਾ ਬੁਰਾ ਮਨਾਇਆ ਸੀਗਾ ਵੀ ਗੁਰੂਆਂ ਸਾਹਿਬ ਨਾਲ ਜਾਣਾ ਠੀਕ ਨਹੀਂ ਹੈਗਾ ਅਤੇ ਇੱਦਾਂ ਅਟੈਕ ਕਰਨੇ ਠੀਕ ਨਹੀਂ ਹੈਗੇ ਮਨਾਇਆ ਸੀਗਾ ਬੁਰਾ ਮਨਾਇਆ ਸੀਗਾ ਜਹਦਰ ਅਕਾਲ ਤਖਤ ਸਾਹਿਬ ਨੇ ਬੁਰਾ ਮਨਾਇਆ ਸੀਗਾ ਪਰ ਹੁਣ ਜਹਦਰ ਅਕਾਲ ਤਖਤ ਸਾਹਿਬ ਮੇਰੇ ਖਿਆਲ 'ਚ ਅੰਮ੍ਰਿਤਪਾਲ ਦੇ ਨਾ ਖਿਲਾਫ ਨੇ ਨਾ ਪੱਖ 'ਚ ਨਜ਼ਰ ਨਹੀਂ ਆਇਆ ਮੈਨੂੰ ਉਹ ਹੁਣ ਮੇਰੇ ਖਿਆਲ ਨਿਊਟਰਲ ਨਜ਼ਰ ਆ ਰਹੇ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ
और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोग। सत श्री अकाल जी, मैं हाँ कुलराज रंधावा, तुसी वेख रहे हो D5 चैनल पंजाबी, जो लॉन्च हो चुका है हुण कैनेडा विच।